ਨਾਨਕ ਸਾਹਿਬ ਕਹਿੰਦੇ ਸੀ ਨਾ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਰਿਹਾ ਅਤੇ ਇਹ ਕਿਵੇਂ ਹੋ ਸਕਦਾ ਕਿ ਗੁਰੂ ਕੀ ਮਤ ਤੋਂ ਵਾਂਝਾ ਰਿਹਾ ਹੋਵੇ। ਸਤਿਗੁਰ ਨੇ ਮਤ ਦਿੱਤੀ, ਸਤਿਗੁਰ ਨੇ ਸਾਨੂੰ ਵੀ ਮਤ ਦਿੱਤੀ, ਪਰ ਗੁਰੂ ਕੇ ਦਰ ਆ ਕੇ ਅਸੀਂ ਮਤ 'ਤੇ ਲੈ ਕੇ ਜਾਣੀ ਹੈ। ਪਿਛਲੀ ਰਾਤ ਜਾਗਣਾ, ਤੰਬਾਕੂ ਅਤੇ ਨਸ਼ੇ ਪੱਤੇ ਦੀ ਵਰਤੋਂ ਨਹੀਂ ਕਰਨੀ, ਅਤੇ ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਗੁਰੂ ਕੇ ਭੈ ਵਿੱਚ ਰਹਿੰਦਿਆਂ ਮੈਂ ਇਹ ਗੱਲ ਕਹਿ ਦੇਵਾਂ, ਅੱਜ ਸਿੱਖ ਕੌਮ ਨਸ਼ੇ ਪੱਤਿਆਂ ਦੀ ਆੜ ਵਿੱਚ ਕਿੰਨਾ ਕੁਝ ਕਰ ਰਹੀ ਹੈ, ਅਤੇ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਤੁਰੀ ਜਾ ਰਹੀ ਹੈ। ਕਿ ਅੱਜ ਅਸੀਂ ਝਾਤ ਮਾਰੀਏ ਕਿ ਗੁਰੂ ਨਾਨਕ ਸਾਹਿਬ ਸਾਨੂੰ ਇਹ ਗੱਲ ਕਹਿ ਰਹੇ ਨੇ ਵੀ ਵੇਲਾ ਤਾਂ ਇਹ ਸਤਿਗੁਰੂ ਕੀ ਮਤ ਲੈਣ ਦਾ ਹੈ, ਵੇਲਾ ਤਾਂ ਇਹ ਸਤਿਗੁਰੂ ਦੀ ਮਤ ਗ੍ਰਹਿਣ ਕਰਨ ਦਾ ਹੈ ਕਿ ਸਿੱਖਾ ਜੇ ਗੁਰੂ ਦਰੋਂ ਤੈਨੂੰ ਇਹ ਕਿਹਾ ਗਿਆ ਵੀ ਕੇਸ ਰੱਖ ਲੈ ਕਿ ਅੱਜ ਨੌਜਵਾਨ ਪੀੜ੍ਹੀ ਕੇਸ ਕਿਉਂ ਨਹੀਂ ਰੱਖ ਰਹੀ, ਕਿਉਂ ਸਿੱਖੀ ਤੋਂ ਦੂਰ ਜਾ ਰਹੀ ਹੈ, ਕਿਉਂ ਨਹੀਂ ਅਸੀਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ। ਗੁਰੂ ਗੋਬਿੰਦ ਸਿੰਘ ਦੇ ਵੀ ਇਹੀ ਹੁਕਮ ਨੇ ਨਾ, ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੜਾ ਮੇਰਾ ਸਿੱਖ ਹੈ ਨਾ ਜੇ ਉਹ ਰਹਿਤ ਵਹਿਤ ਰੱਖੇ ਸਭ ਤੋਂ ਪਹਿਲਾਂ ਕਿ ਉਹ ਕੇਸ ਨਾ ਕਤਲ ਕਰਾਵੇ, ਕੇਸ ਨਾ ਕਤਲ ਕਰਾਵੇ। ਫਿਰ ਕਹਿੰਦੇ ਨੇ ਕੁੱਠਾ ਹੁੱਕਾ ਚਰਸ ਤੰਬਾਕੂ ਗਾਂਜਾ ਤੋੜੀ ਤਾੜੀ ਖਾਕੂ, ਕਹਿਣ ਲੱਗੇ ਇਹ ਨਸ਼ੇ ਪੱਤਿਆਂ ਦੀ ਵਰਤੋਂ ਨਹੀਂ, ਤੰਬਾਕੂ ਦੀ ਵਰਤੋਂ ਨਹੀਂ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ, ਕੁੱਠਾ ਹਲਾਲ ਮਾਸ ਨਹੀਂ ਖਾਣਾ। ਸਤਿਗੁਰੂ ਪਾਤਸ਼ਾਹ ਦੀਆਂ ਇਹ ਚਾਰ ਹਿਦਾਇਤਾਂ ਸਾਨੂੰ ਅਤੇ ਗੁਰੂ ਨਾਨਕ ਸਾਹਿਬ ਦੀਆਂ ਉਹ ਚਾਰ ਹਿਦਾਇਤਾਂ, ਇੱਕੋ ਹੀ ਮਤ ਹੈ, ਇੱਕੋ ਹੀ ਸਿਧਾਂਤ ਹੈ ਸਤਿਗੁਰੂ ਪਾਤਸ਼ਾਹ ਦਾ। ਜੇ ਆਪਾਂ ਨਹੀਂ ਸਮਝਦੇ ਫਿਰ ਇਹ ਸੱਚ ਇਹ ਜੇ ਕਿ ਅਸੀਂ ਉਹ ਹਾਂ ਜਿਵੇਂ ਇੱਕ ਜੋਗੀ ਕਿਸੇ ਦਰਵਾਜ਼ੇ 'ਤੇ ਅਲਖ ਜਗਾਉਣ ਵਾਸਤੇ ਗਿਆ, ਇੱਕ ਜੋਗੀ ਕਿਸੇ ਦਰਵਾਜ਼ੇ 'ਤੇ ਅਲਖ ਜਗਾਉਣ ਵਾਸਤੇ ਗਿਆ, ਉਹਨੇ ਅਲਖ ਜਗਾਇਆ, ਦਰਵਾਜ਼ਾ ਖੜਕੜਾਇਆ, ਮਾਤਾ ਅੰਦਰੋਂ ਬਾਹਰ ਆਈ ਅਤੇ ਮਾਤਾ ਨੂੰ ਕਹਿੰਦਾ ਮਾਤਾ ਦੁੱਧ ਦੀ ਸੇਵਾ ਵਾਸਤੇ ਆਇਆ, ਮਾਤਾ ਜੀ ਦੁੱਧ ਦੀ ਸੇਵਾ ਵਾਸਤੇ ਆਇਆ। ਮਾਤਾ ਗਲਾਸੀ ਦੁੱਧ ਹੀ ਅੰਦਰੋਂ ਫੜ ਕੇ ਲੈ ਕੇ ਆਈ, ਬਾਹਰ ਦਰਵਾਜ਼ੇ 'ਤੇ ਡੋਲੂ ਲੈ ਕੇ ਜੋਗੀ ਖੜਾ ਸੀ, ਅਤੇ ਜੋਗੀ ਨੇ ਜਿਵੇਂ ਡੋਲੂ ਦਾ ਢੱਕਣ ਖੋਲ੍ਹਿਆ ਨਾ, ਮਾਤਾ ਕਹਿੰਦੀ ਹੈ ਨਾਥ ਜੀ ਜੋਗੀ ਜੀ ਇਸ ਡੋਲੂ ਵਿੱਚ ਪਾਣੀ ਜੇ, ਇਸ ਪਾਣੀ ਨੂੰ ਤੁਸੀਂ ਡੋਲ ਦਿਓ, ਇਸ ਡੋਲੂ ਵਿੱਚ ਪਾਣੀ ਜੇ ਇਸ ਪਾਣੀ ਨੂੰ ਡੋਲ ਦਿਓ, ਮੈਂ ਦੁੱਧ ਪਾ ਦਿੰਦੀ ਹਾਂ। ਅਤੇ ਅੱਗੋਂ ਜੋਗੀ ਪਤਾ ਕੀ ਕਹਿੰਦਾ ਹੈ, ਜੋਗੀ ਕਹਿੰਦਾ ਮਾਤਾ ਇਹ ਗੰਗਾ ਕਾ ਪਵਿੱਤਰ ਜਲ ਹੈ, ਇਸੇ ਨਹੀਂ ਗਿਰਾਉਂਗਾ। ਹੁਣ ਮਾਤਾ ਕਹਿੰਦੀ ਹੈ ਬੇਟਾ ਵੀ ਗੱਲ ਇਸ ਤਰ੍ਹਾਂ ਹੈ ਵੀ ਇਹਦੇ ਵਿੱਚ ਪਾਣੀ ਜੇ ਮੈਂ ਦੁੱਧ ਪਾਇਆ ਤਾਂ ਇਹ ਬੇਕਾਰ ਹੋ ਜਾਏਗਾ, ਕਿਸੇ ਕੰਮ ਦਾ ਨਹੀਂ ਹੈ, ਤੂੰ ਦੁੱਧ ਲੈਣ ਆਇਆ, ਦੁੱਧ ਦੀ ਸੇਵਾ ਲੈਣ ਆਇਆ, ਤੂੰ ਇਹ ਪਾਣੀ ਨੂੰ ਗਿਰਾ ਦੇ। ਉਹ ਵਾਰ ਵਾਰ ਅੜੀ ਕਰੀ ਜੇ, ਕਹਿਣਗੇ ਇਹ ਗੰਗਾ ਦਾ ਪਵਿੱਤਰ ਜਲ ਹੈ, ਇਹਨੂੰ ਮੈਂ ਗਿਰਾਉਣਾ ਕੋਈ ਨਹੀਂ। ਮਾਤਾ ਕਹਿੰਦੀ ਹੈ ਚੰਗਾ ਵੀ ਤੂੰ ਆਇਆ ਮੰਗਣ ਵਾਸਤੇ ਲੈਣ ਵਾਸਤੇ ਆਇਆ, ਮੇਰਾ ਦੇਣਾ ਫਰਜ਼ ਹੈ। ਕਹਿਣਗੀ ਫਿਰ ਖੋਲ ਢੱਕਣ, ਜਿਵੇਂ ਹੀ ਢੱਕਣ ਖੋਲ੍ਹਿਆ ਉਹਦੇ ਵਿੱਚ ਪਾਣੀ ਦੇ ਵਿੱਚ ਦੁੱਧ ਪਾ ਦਿੱਤਾ। ਹੁਣ ਤੁਸੀਂ ਸਾਰੇ ਸਿਆਣੇ ਬੈਠੇ ਹੋ, ਜਿਸ ਪਾਣੀ ਵਿੱਚ ਦੁੱਧ ਪੈ ਜਾਵੇ ਤਾਂ ਦੁੱਧ ਨਹੀਂ ਰਹਿੰਦਾ, ਉਹ ਲੱਸੀ ਹੋ ਜਾਂਦੀ ਹੈ। ਅਤੇ ਮੇਰੇ ਵਰਗੇ ਇਹ ਜੇ ਆ ਕੇ ਗੁਰੂ ਦਰ 'ਤੇ ਸੋਚਣ ਸਤਿਗੁਰੂ ਪਾਤਸ਼ਾਹ ਜੀ ਵੀ ਅਸੀਂ ਮੱਥਾ 'ਤੇ ਤੈਨੂੰ ਟੇਕਦੇ ਹਾਂ ਪਰ ਅਸੀਂ ਆਪਣੀ ਮਤ ਛੱਡਣੀ ਕੋਈ ਨਹੀਂ, ਅਤੇ ਤੁਹਾਡੀ ਵੀ ਰਲਮੀ ਮਿਲਮੀ ਲੈ ਜਾਂਦੇ ਹਾਂ, ਆਪਣੀ ਵੀ ਲੈ ਜਾਂਦੇ ਹਾਂ, ਅਤੇ ਸੱਚ ਜਾਣਨਾ ਉਹ ਗੁਰੂ ਕੀ ਮਤ ਨਹੀਂ ਫਿਰ ਲੱਸੀ ਹੋ ਜਾਂਦੀ ਹੈ, ਕਿਸੇ ਕੰਮ ਦੀ ਨਹੀਂ। ਇਹ ਅਸੀਂ ਉਦੋਂ ਕਰਦੇ ਹਾਂ ਜਦੋਂ ਕਿਸੇ ਨੂੰ ਕਿਹਾ ਜਾਏ ਅੰਮ੍ਰਿਤ ਪਾਨ ਕਰ ਲਓ, ਅਤੇ ਫਿਰ ਕਹਿੰਦੇ ਹਾਂ ਕੋਈ ਨਹੀਂ ਅਜੇ ਬੱਚੇ ਨੇ,
ਹਜੇ ਬੱਚੇ ਵੱਡੇ ਹੋਣਗੇ ਫਿਰ ਛਕ ਲਾਂਗੇ, ਫਿਰ ਕਹਿੰਦੇ ਹਾਂ ਨਹੀਂ ਬੱਚਿਆਂ ਦੇ ਵਿਆਹ ਹੋ ਜਾਣ ਫਿਰ ਛਕ ਲਾਂਗੇ। ਇਸ ਤਰੀਕੇ ਨਾਲ ਅਸੀਂ ਜਿਹੜਾ